ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਟ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਮੈਂ ਫਿਰ ਤੁਹਾਡੇ ਲਈ ਨਵਾਂ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਭਰਤੀ ਦਾ ਨੋਟੀਫਿਕੇਸ਼ਨ ਹੈ ਡੀਸੀ ਆਫਿਸ ਦੇ ਵਿੱਚ ਨਵੀਆਂ ਨਿਕਲੀਆਂ ਭਰਤੀਆਂ ਦੇ ਬਾਰੇ ਵਿੱਚ ਪੂਰੀ ਡਿਟੇਲ ਦੱਸਾਂਗਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਣਾ ਜਿਸ ਦੇ ਵਿੱਚ ਤੁਹਾਨੂੰ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਨਾਲ ਦੱਸਾਂਗਾ ਕਿ ਕੀ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਤੁਸੀਂ ਕਿੱਥੋਂ ਅਪਲਾਈ ਕਰਨਾ ਹੈ ਕਿੱਥੋਂ ਤੁਸੀਂ ਜਿਹੜਾ ਹੈ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਹੈ ਉਹ ਡਾਊਨਲੋਡ 18000 ਤੋਂ ਲੈ ਕੇ 45000 ਪਰ ਮੰਤ ਤੁਹਾਡੀ ਜਿਹੜੀ ਇਹ ਸੈਲਰੀ ਰਹੇਗੀ ਜੀ ਸੋ ਇਸ ਦੇ ਵਿੱਚ ਤੁਹਾਡੀ ਜਿਹੜੀ ਹੈ ਪਰਤੀ ਹੋਏਗੀ ਡੀਸੀ ਆਫਿਸ ਦੇ ਧਰੂ ਜਿਹੜੀਆਂ ਪਰਤੀਆਂ ਹੁੰਦੀਆਂ ਨੇ ਉਹ ਹੋਣਗੀਆਂ ਤੇ ਮੈਂ ਇਹਦੀ ਵੀਡੀਓ ਵਿੱਚ ਤੁਹਾਨੂੰ ਪੂਰਾ ਪ੍ਰੋਸੀਜਰ ਦੱਸਾਂਗਾ ਸੋ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਅਗਰ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਤੇ ਇਸ ਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਜਿਹੜੇ ਮੋਬਾਈਲ ਦੇ ਵਿੱਚ ਟਾਈਮ ਟੂ ਟਾਈਮ ਮਿਲਦਾ ਰਹੇਗਾ ਔਰ ਤੁਸੀਂ ਜਿਹੜਾ ਸਮਾਂ ਰਹਿੰਦੇ ਉਹਨਾਂ ਨੂੰ ਅਪਲਾਈ ਕਰ ਪਾਉਗੇ ਜਿਆ ਦੋਸਤੋ ਬਹੁਤ ਸਾਰੇ ਪਰਤੀਆਂ ਨੋਟੀਫਿਕੇਸ਼ਨ ਆਊਟ ਹੋ ਰਹੇ ਜਿਹਦੇ ਵਿੱਚ ਪੰਜਾਬ ਪੁਲਿਸ ਅਤੇ ਹੋਰ ਪੀਟ੍ਰੀਪੀਐਸਬ ਚੁੱਕਾ ਹੈ ਜਿਸ ਦੀ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਡੇਟ ਕਰ ਚੁੱਕਾ ਹੈ ਜਲਦੀ ਨਾਲ ਜਾਓ ਅਗਰ ਤੁਸੀਂ ਚੈੱਕ ਨਹੀਂ ਕੀਤਾ ਤਾਂ ਜਲਦੀ ਨਾਲ ਜਾ ਕੇ ਚੈੱਕ ਜ਼ਰੂਰ ਕਰ ਲਵੋ ਜੀ ਤੇ ਜਿੱਦਾਂ ਹੀ ਪਰਤੀਆਂ ਦੇ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਮੈਂ ਤੁਹਾਡੇ ਲਈ ਅਪਡੇਟ ਕਰਦਾ ਰਾਵਾਂਗਾ ਸਾਡੀ ਵੈਬਸਾਈਟ ਵੀ www.clori.com ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਉਹਦੇ ਲਈ ਜਾ ਕੇ ਤੁਸੀਂ ਉੱਥੇ ਰਾਈਟ ਸਾਈਡ ਤੇ ਆਪਣੀ ਈਮੇਲ ਆਈਡੀ ਫਿਲ ਕਰਕੇ ਉਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਤੁਹਾਡੇ ਕੋਲ ਹਰ ਇੱਕ ਨੋਟੀਫਿਕੇਸ਼ਨ ਜਿਹੜਾ ਹੈ ਉਹ ਟਾਈਮ ਟੂ ਟਾਈਮ ਪਹੁੰਚਦਾ ਰਹੇ ਤੇ ਤੁਸੀਂ ਜਿਹੜਾ ਹੈ ਆਪਣੇ ਇਨਬਾਕਸ ਤੋਂ ਚੈੱਕ ਕਰਕੇ ਅਪਲਾਈ ਕਰ ਸਕੋ ਚਲੋ ਹੁਣ ਤੋਂ ਲੈ ਚੱਲਦੇ ਆ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਪਰ ਸੋ ਇਹਦੇ ਵੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਕਿਹੜੀਆਂ ਭਰਤੀ ਆਊਟ ਹੋਈਆਂ ਨੇ ਸਭ ਤੋਂ ਪਹਿਲਾਂ ਜਿਹੜੀ ਪਹਿਲੀ ਪੋਸਟ ਹੈ ਜੀ ਉਹ ਆਊਟ ਕੀਤੀ ਗਿਆ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੀ ਇੱਕ ਵੈਕੈਂਸੀ ਹੈ ਜਿਸਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ ਉਹ ਰਹੇਗੀ 45000 ਪਰ ਮੰਥ ਔਰ ਨੈਕਸਟ ਹੈਗੀ ਜੀ ਕਲਸਟਰ ਕੋਆਰਡੀਨੇਟਰ ਦੀ ਇੱਕ ਪੋਸਟ ਹੈ ਜਿਸ ਇਹ ਐਪਲੀਕੇਸ਼ਨ ਤੁਸੀਂ ਕਿੱਦਾਂ ਅਪਲਾਈ ਕਰਨਾ ਉਹ ਤੁਹਾਨੂੰ ਦੱਸ ਦਿੰਨੇ ਆ ਜੀ ਇਸ ਦੇ ਵਿੱਚ ਲਾਸਟ ਡੇਟ ਅਪਲਾਈ ਕਰਨ ਦੀ 6/4/2021 ਸ਼ਾਮ 4 ਵਜੇ ਤੱਕ ਤੁਹਾਡਾ ਜਿਹੜਾ ਉਹ ਸਾਰੇ ਤੁਸੀਂ ਜਿਹੜੇ ਐਪਲੀਕੇਸ਼ਨ ਫਾਰਮ ਹੈ ਪਲੱਸ ਤੁਹਾਡੇ ਡਾਕੂਮੈਂਟ ਜਿਹਦੇ ਵਿੱਚ ਤੁਹਾਡੀ ਕੁਆਲੀਫਿਕੇਸ਼ਨ ਤੁਹਾਡਾ ਐਕਸਪੀਰੀਅੰਸ ਸਰਟੀਫਿਕੇਟ ਤੁਹਾਡੇ ਪਰਸਨਲ ਡਾਕੂਮੈਂਟ ਜਿੱਦਾਂ ਕਿ ਤੁਹਾਡਾ ਐਡਰੈਸ ਪ੍ਰੂਫ ਔਰ ਤੁਹਾਡੇ ਬਾਕੀ ਜਿਹੜੇ ਰੈਲੇਵੈਂਟ ਸਪੋਰਟਿਵ ਜਿਹੜੇ ਨੇ ਡਾਕੂਮੈਂਟਸ ਨੇ ਉਹਦਾਂ ਦੀ ਸਕੈਨ ਕਾਪੀ ਤੁਸੀਂ ਨੀਚੇ ਸਾਈਨ ਕਰਕੇ ਜਿਹੜੇ ਆ ਇਹਨਾਂ ਨੂੰ ਸੈਂਡ ਕਰਨੀ ਹੈ ਜੀ ਉਹ ਤੁਸੀਂ ਖੁਦ ਵੀ ਜਾ ਕੇ ਸਬਮਿਟ ਕਰਵਾ ਸਕਦੇ ਹੋ ਜਾਂ ਫਿਰ ਬਾਈ ਪੋਸਟ ਵੀ ਇਹਨਾਂ ਨੂੰ ਸੈਂਡ ਕਰ ਸਕਦੇ ਹੋ ਜੀ ਜਿਹੜੇ ਵੀ ਇਨਕੰਪਲੀਟ ਜਾਂ ਇਰੈਲੇਵੈਂਟ ਜਿਹੜੀ ਐਪਲੀਕੇਸ਼ਨਸ ਰੀਸੀਵਡ ਹੋਣਗੀਆਂ ਉਹਨਾਂ ਨੂੰ ਰਿਜੈਕਟ ਐਟ ਅ ਟਾਈਮ ਕਰ ਦਿੱਤਾ ਜਾਏਗਾ ਜੀ ਸੋ ਇਹ ਭਰਤੀ ਜਿਹੜੀ ਆਊਟ ਕੀਤੀ ਗਈ ਹੈ ਜੀ ਉਹ ਤੁਹਾਨੂੰ ਦੱਸ ਦਿੰਨਾ ਹੈ ਇਕ ਗਵਰਨਮੈਂਟ ਆਫ ਪੰਜਾਬ ਦੀ ਡਿਪਾਰਟਮੈਂਟ ਆਫ ਰੂਰਲ ਐਂਡ ਡਵੈਲਪਮੈਂਟ ਐਂਡ ਪੰਚਾਇਤ ਦੇ ਅੰਡਰ ਆਊਟ ਹੋਈ ਹੈ ਜੋ ਕਿ ਐਡੀਸ਼ਨਲ ਜਿਹੜੇ ਡਿਪਟੀ ਕਮਿਸ਼ਨਰ ਦੇ ਅੰਡਰ ਹੁੰਦੀਆਂ ਨੇ ਜੀ ਇਸ ਦੇ ਵੀ ਜ਼ਲਾ ਜ਼ਿਲ੍ਹਾ ਪ੍ਰੈਸ਼ਰ ਕੰਪਲੈਕਸ ਮੋਗਾ ਵੱਲੋਂ ਆਊਟ ਕੀਤੀ ਹੈ ਕਿ ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਜਿਸ ਦਾ ਨੰਬਰ ਜਿਹੜਾ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਜਿਹੜਾ 23/3/2021 ਨੂੰ ਆਊਟ ਹੋਇਆ ਸੀਗਾ ਜੀ ਇਸ ਦੇ ਵਿੱਚ ਐਪਲੀਕੇਸ਼ਨਾਂ ਜਿਹੜੇ ਨੇ ਇਨਵਾਈਟ ਕੀਤੀਆਂ ਗਈਆਂ ਨੇ ਜਿਹੜਾ ਤੁਹਾਨੂੰ ਦੱਸਿਆ ਜਿੱਦਾਂ ਕਿ ਪੰਜਾਬ ਸਟੇਟ ਰੂਰਲ ਲਾਈਵਲੀਹੂਡ ਮਿਸ਼ਨ ਪ੍ਰੋਗਰਾਮ ਦੇ ਅੰਡਰ ਪਿਓਰਲੀ ਕੰਟਰੈਕਟ ਬੇਸਿਸ ਤੇ ਹੋਣ ਗਿਆ 1 ਸਾਲ ਦਾ ਕੰਟਰੈਕਟ ਹੋਏਗਾ ਉਹ ਤੁਹਾਡਾ ਰੀਨਿਊ ਵੀ ਹੋ ਸਕਦਾ ਹੈ ਤੁਹਾਡੇ ਕੰਮ ਦੇ ਉੱਪਰ ਔਰ ਇਸ ਦੇ ਵਿੱਚ ਜਿਹੜੀ ਤੁਹਾਡੀ ਐਪਲੀਕੇਸ਼ਨਾਂ ਨੇ ਜਿਹਦੇ ਵਿੱਚ ਤੁਸੀਂ ਆਪਣਾ CV ਵੀ ਸਭ ਤੋਂ ਪਹਿਲਾਂ ਤਾਂ ਐਪਲੀਕੇਸ਼ਨ ਫਾਰਮ ਟਰਮਸ ਐਂਡ ਕੰਡੀਸ਼ਨਸ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਜਿਹੜਾ ਕਿ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ http colon double forward slash moga.nic.in ਦੇ ਉੱਪਰ ਇਹਦੇ ਉੱਪਰ ਜਿੱਦਾਂ ਤੁਸੀਂ ਜਾਓਗੇ ਉੱਥੇ ਰਿਕਰੂਟਮੈਂਟ ਸੈਕਸ਼ਨ ਜਾਂ ਨੋਟਿਸ ਜਿਹੜਾ ਨਵੇਂ ਨੋਟਿਸ ਆਂਦੇ ਨੇ ਉਹਦੇ ਵਿੱਚ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਜਿਹੜਾ ਇਸ ਦੇ ਰਿਗਾਰਡਿੰਗ ਐਪਲੀਕੇਸ਼ਨ ਫਾਰਮ ਪਲੱਸ ਡਿਟੇਲਡ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਸੀਂ ਡਾਊਨਲੋਡ ਕਰਨਾ ਹੈ ਜੀ ਉਹਨੂੰ ਤੁਸੀਂ ਰੀਡ ਆਊਟ ਕਰ ਲੈਣਾ ਹੈ ਪਹਿਲਾਂ properly ਤੁਸੀਂ ਜੇ ਉਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਨੂੰ ਅਗਰ ਤੁਸੀਂ ਮੈਟ ਕਰਦੇ ਹੋ ਤਾਂ एलिजिबल ਹੋ ਤਾਂ ਤੁਸੀਂ ਜ਼ਰੂਰ ਨਾਲ ਅਪਲਾਈ ਕਰਨਾ ਹੈ ਇਹਦੇ ਲਈ ਤੁਸੀਂ ਜਿਹੜਾ ਐਪਲੀਕੇਸ਼ਨ ਫਾਰਮ ਜਿਹੜਾ ਹੈ ਪੂਰਾ ਫਿਲ ਕਰਨਾ ਹੈ ਉਹਦੇ ਵਿਚਾਨੀ ਪਾਸਪੋਰਟ ਸਾਈ ਫੋਟੋਗ੍ਰਾਫ ਜਿਹੜੀ ਅਟੈਚ ਕਰਨੀਆਂ ਨੇ ਪਲੱਸ ਆਪਣੀ ਪਰਸਨਲ ਡਿਟੇਲ ਜਿੱਦਾਂ ਕਿ ਤੁਹਾਡੀ ਕੁਆਲਿਫੀਕੇਸ਼ਨ ਤੁਹਾਡਾ ਐਕਸਪੀਰੀਅੰਸ ਔਰ ਤੁਹਾਡੀ ਪਰਸਨਲ ਡਿਟੇਲ ਐਡਰੈਸ ਪ੍ਰੂਫ ਔਰ ਆਈਡੀ ਮੋਬਾਈਲ ਨੰਬਰ ਉਹ ਤੁਸੀਂ ਜਿਹੜਾ ਹੈ ਪ੍ਰੋਪਰ ਜਿਹੜੇ ਫਿਲ ਕਰਨੇ ਨੇ ਕਿਉਂਕਿ ਨੈਕਸਟ ਜਿਹੜਾ ਕਮਿਊਨੀਕੇਸ਼ਨ ਹੁੰਦਾ ਹੈ ਉਹਦੇ ਥਰੂ ਹੀ ਹੁੰਦਾ ਸੋ ਇਸ ਦੇ ਵਿੱਚ ਤੁਸੀਂ ਜਿਹੜਾ ਜਦੋਂ ਤੁਸੀਂ ਫਾਰਮ ਫਿਲ ਕਰ ਦਿੰਦੇ ਹੋ ਫਾਰਮ ਫਿਲ ਕਰਨ ਤੋਂ ਬਾਅਦ ਨਾਲ ਆਪਣੀ ਸਪੋਰਟਿਵ ਡਾਕੂਮੈਂਟ ਲਗਾਉਣੇ ਨੇ ਜਿੱਦਾਂ ਕਿ ਤੁਹਾਨੂੰ ਦੱਸਿਆ ਹੈ ਕਿ ਐਜੂਕੇਸ਼ਨ ਕੁਆਲਿਫੀਕੇਸ਼ਨ ਦੇ ਵਰਕ ਐਕਸਪੀਰੀਅੰਸ ਦੇ ਠੀਕ ਹੈ ਜੀ ਰੈਜ਼ਰਵੇਸ਼ਨ ਨੋਰਮਸ ਦੇ ਏਜ ਦੇ ਐਡਰੈਸ ਦੇ ਇਹ ਐਪਲੀਕੇਸ਼ਨ ਤੁਸੀਂ ਜਿਹੜੀ ਸਬਮਿਟ ਕਰਨੀ ਹੋ ਬਾਈ ਹੈਂਡ ਕਰ ਸਕਦੇ ਹੋ ਐਡੀਸ਼ਨਲ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਮੋਗਾ ਐਨ ਆਰਐਮ ਆਫਿਸ 142001 ਜੋ ਕਿ 6/4/2021 ਸ਼ਾਮ 4 ਵਜੇ ਤੱਕ ਤੁਸੀਂ ਜਿਹੜਾ ਇਹ ਜਿਹੜਾ ਸੈਂਡ ਕਰ ਦੇਣਾ ਜੀ ਜਾਂ ਤਾਂ ਤੁਸੀਂ ਬਾਈ ਹੈਂਡ ਸਬਮਿਟ ਕਰਾ ਦਿਓ ਜਾਂ ਬਾਈ ਕੂਰੀਅਰ ਵੀ ਇਹਨਾਂ ਨੂੰ ਸੈਂ ਕਰ ਸਕਦੇ ਹਾਂ ਜੀ ਸੋ ਇਸ ਦੇ ਵਿੱਚ ਉਹਨਾਂ ਨੇ ਹੋਰ ਵੀ ਆਪਸ਼ਨ ਜਿਹੜੇ ਲਿਖਿਆ ਹੋਈਆਂ ਕਿ ਇਹਦੇ ਰਿਗਾਰਡਿੰਗ ਤੁਹਾਡਾ ਜਿਹੜਾ ਹੈ ਰਿਟਨ ਟੈਸਟ ਹੋਏਗਾ ਜੋ ਕਿ ਓਨਲੀ ਕਲਸਟਰ ਕੋਆਰਡੀਨੇਟਰ ਦੇ ਲਈ ਹੋਏਗਾ ਔਰ ਇੰਟਰਵਿਊ ਵੀ ਹੋਏਗਾ ਇਹਦੇ ਵਿੱਚ ਸੋ ਇਹਦੇ ਲਈ ਜੇ ਅਗਰ ਤੁਸੀਂ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੇ ਲਈ ਕਰ ਰਹੇ ਹੋ ਤਾਂ ਉਹਦੇ ਲਈ ਤੁਹਾਡਾ ਜਿਹੜਾ ਪ੍ਰੈਜੈਂਟੇਸ਼ਨ ਰਾਉਂਡ ਹੋਏਗਾ ਜੋ ਕਿ ਫਾਈਨਲ ਰਾਉਂਡ ਰਹੇਗਾ ਉਹਦੇ ਵਿੱਚ ਹੀ ਤੁਹਾਡੀ ਫਾਈਨਲ ਸੈLECTION ਹੋਏਗੀ ਉਹਦੇ ਰਿਲੇਟਿਡ ਕੋਈ ਵੀ ਇਨਫੋਰਮੇਸ਼ਨ ਜਾਂ ਫਿਰ ਕਾਲ ਲੈਟਰ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਉਹਨਾਂ ਨੇ ਤੁਹਾਡੇ ਮੋਬਾਈਲ ਨੰਬਰ ਜਾਂ ਫਿਰ ਤੁਹਾਡੇ ਕੂਰੀਅਰ ਦੇ ਥਰੂ ਤੁਹਾਨੂੰ ਆ ਸਕਦੀ ਹੈ ਔਰ ਜਾਂ ਇਹਨਾਂ ਨੇ ਆਪਣੀ ਵੈਬਸਾਈਟ ਦੇ ਉੱਪਰ ਅਪਡੇਟ ਕਰਦੇ ਰਹਿਣੀ ਹੈ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਿ ਤੁਸੀਂ ਜਾ ਕੇ ਹੀ ਲੈ ਸਕਦੇ ਹੋ ਕੋਈ ਵੀ ਸੈਪਰੇਟ ਜਿਹੜਾ ਨੋਟਿਸ ਹੈ ਕਿਸੇ ਵੀ ਤਰ੍ਹਾਂ ਦਾ ਨਹੀਂ ਕੱਢਿਆ ਜਾਏਗਾ ਸੋ ਅਗਰ ਤੁਸੀਂ ਕਲੈਸਰ ਕੋਆਰਡੀਨੇਟਰ ਜਾਂ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੇ ਲਈ ਐਲੀਜੀਬਲ ਹੋ ਤੇ ਜਲਦੀ ਨਾਲ ਜਾਓ ਤੇ ਇਹਨਾਂ ਲਈ ਜਿਹੜਾ ਤੁਸੀਂ ਅਪਲਾਈ ਕਰ ਲਵੋ ਜੀ ਸੋ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਜਾਂ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਉਂਦੀ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਵੈਸੇ ਇਹਦਾ ਲਿੰਕ ਵੀ ਪ੍ਰੋਵਾਈਡ ਕਰਵਾ ਦਾਂਗਾ ਡਾਇਰੈਕਟ ਤਾਂ ਕਿ ਤੁਹਾਨੂੰ ਕਿਤੇ ਵੀ ਜਾ ਕੇ ਲੱਭਣ ਦੀ ਲੋੜ ਨਾ ਪਵੇ ਤੁਸੀਂ ਡਾਇਰੈਕਟ ਡਾਊਨਲੋਡ ਵੀ ਕਰ ਲਵੋ ਤੇ ਤੁਸੀਂ ਡਾਊਨਲੋਡ ਕਰਕੇ ਅਪਲਾਈ ਵੀ ਕਰ ਸਕੋ ਅਗਰ ਤੁਸੀਂ ਐਲੀਜੀਬਲ ਹੋ ਜਲਦੀ ਨਾਲ ਇਹਦੇ ਲਈ ਅਪਲਾਈ ਕਰ ਲਵੋ ਅਗਰ ਐਲੀਜੀਬਲ ਨਹੀਂ ਹੋ ਤਾਂ ਆਪਣੇ ਦੋ ਦਾ ਜ਼ਰੂਰ ਨਾਲ ਅਪਲਾਈ ਕਰ ਲੈਣ ਜੀ ਸੋ ਇਹਨਾਂ ਦੇ ਵਿੱਚ ਸੈਲਰੀ ਵੀ ਕਾਫੀ ਅੱਛੀ 18000 ਪਰ ਮੰਥ ਪੰਜਾਬ ਵਿੱਚ ਰਹਿ ਕੇ ਅਗਰ ਤੁਹਾਨੂੰ ਮਿਲ ਰਹੀ ਹੈ ਤਾਂ ਬਹੁਤ ਵਧੀਆ ਗੱਲ ਹੈ ਜੀ ਸੋ ਜਲਦੀ ਨਾਲ ਜਾ ਕੇ ਅਪਲਾਈ ਕਰ ਲਵੋ ਅਸੀਂ ਤੁਹਾਨੂੰ ਹੁਣ ਮਿਲਾਂਗੇ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ